तो पैंसठ तू सत्तर दन्म के खाद इस्तेमाल करनी चाहिए और पैंसठ तू सत्तर दिहाड़े गन्नम बदरिया इस्तेमाल क्यों नहीं करना चाहिए वह अस्मिल है नज़ीर अज़हार लेते हो यूट्यूब चैनल एग्रीकल्चर लाइफ अवे लेते हो अपनी गन्नम की फील्ड में आए हो ਆ ਗੰਧਮ ਦੀ ਅੱਜ ਕਿਹੜੀ ਸਾਡੀ ਸਟੇਜ ਪਹੁੰਚ ਚੁੱਕੀ ਹੈ तकरीबन 65.5 65 ਤੋਂ 70 ਡਾੜ ਦੀ ਗੰਧਮ ਹੋ ਚੁੱਕੀ ਹੈ ਤਾਂ ਉਸ ਗੰਧਮ ਦਾ ਹੁਣ ਕੀ ਫੈਸਲਾ ਹੈ ਅਗਲਾ ਕੀ ਸਟੇਜ ਹੈ ਉਹਦੀ ਪਹਿਲੇ ਮੈਂ ਤੁਹਾਨੂੰ ਉਹ ਦਿਖਾ ਦੇਣਾ ਇਹ ਗੰਧਮ ਇਨਕੁਬੇਟ ਦਿਖਾ ਦਿਓ ਭਾਈਆਂ ਨੂੰ ਇਹ ਗੰਧਮ ਦੇਦੇ ਪਏ ਹੋ ਇਹ ਹੁਣ ਇਥੋਂ ਹੋਰ ਨੇੜੇ ਕਿਨਾਂ ਇਹ ਬਸ ਇਹ ਹੁਣ ਕੋਈ ਵੀ ਤੁਸੀਂ ਇਹਨਾਂ ਦਾ ਪੌਦਾ ਤੁਸੀਂ ਚੈੱਕ ਕਰ ਸਕਦੇ ਹੋਵੇ ਔਰ ਉਸ ਕੋਈ ਵੀ ਪੌਦੇ ਨੂੰ ਤੁਸੀਂ ਮਤਲਬ ਅਗਰ ਪਟਕੇ ਇਹ ਹੁਣ ਇੱਕ ਪੌਦਾ ਹੈ ਸਾਡਾ ਇਸ ਦੇ 6 ਪੱtre ਹੁੰਦੇ ਨੇ ਗੰਨਾਮ ਦੇ ਨਾ ਇਹ 1 2 3 4 5 6 ਇਹ ਕਿਹੜਾ 6ਵਾਂ ਪੱਤਰਾ ਹੈ ਨਾ ਇਹ ਤੁਸਾਂ ਦੇ ਦੇ ਪਏ ਇਸ ਦੇ ਵਿੱਚ ਸਿੱਟਾ ਹੈ ਠੀਕ ਹੈ ਸਿੱਟਾ ਕਿਹੜੀ ਜਾਤ ਹੈ ਇਸ ਟਾਈਮ ਮੈਂ ਤੁਹਾਨੂੰ ਦਿਖਾ ਦੇਣਾ ਇਹ ਸਾਰੇ ਇਸ ਟਾਈਮ ਆਦੂ ਜੇ ਲਵਜ਼ਾਂ ਆਖੂ ਚਾ ਆਗਲੀਆਂ ਭਣਨ ਲੱਗ ਗਈਆਂ ਜਾਂ ਗੰਢੀ ਆਖੂ ਚਾ ਭਣਨੀ ਪਹਿਲੇ ਦੇ ਪਏ ਇਲੇ ਦੇ ਪਾਵੇ ਜਾਂ ਇਹ ਇਹ ਵੀ ਹਰ ਸੇਮ ਇਹਦੇ ਉੱਤੇ ਥੰਬਈ ਬਣਦੀ ਪਈ ਹੈ ਇਸ ਦੇ ਵਿੱਚ ਸਿੱਟਾ ਹੈ ਠੀਕ ਹੈ ਨਾ ਤਾਂ ਮੈਂ ਤੁਹਾਨੂੰ ਥੋੜਾ ਜਿਹਾ ਸਿੱਟਾ ਖੋਲ ਕੇ ਦਿਖਾ ਦੇਣਾ ਇਹ ਦੇਖ ਸੰਦੇਵੇ ਆਂਦਾ ਵੀ ਸਿੱਟਾ ਦੇ ਦੇ ਪਾਵੇ गन्ना में बना दी पी है ठीक है सारे काश्तकार आते हैं जिस टाइम गोब त्याय खड़ा इस टाइम गोपते आ और सारे काश्तकार उस टाइम समझ टाइम सिटा बहार निकला खड़ा होता है इस दे ਆ ਇਹ ਆਖੂ ਚਾ ਦੂਜੇਲ ਫਾਦੀ ਘੁਰੀਆਂ ਨਾ ਇਸ ਸਾਈਡ ਉਹ ਰਿਸੈਟ ਘੁਰੀਆਂ ਬਣਦੀਆਂ ਕਿਤੇ ਸਾਡੇ 1 ਇੱਕ ਦਾਣਾ ਲੱਗਦੇ ਇਹਦੇ ਵਿੱਚ 5 ਤੁਛੀ ਦਾਣੇ ਲੱਗ ਸਕਦੇ ਹੁੰਦੇ ਨੇ 5 ਦਾਣੇ ਕਮਸ ਕਾਮ ਲੱਗ ਸਕਦੇ ਹੁੰਦੇ ਨੇ ਸਾਡਾ 1 2 ਲੱਗਦਾ ਹੈ 2 ਲੱਗਦੇ ਨੇ ਜਾਂ 3 ਲੱਗਦੇ ਤਾਂ ਮਰਜੀ ਵੜਾ ਦੀ ਹੁੰਦੇ ਕਿਹੜਾ ਨਾ ਹੁੰਦਾ ਦੀ ਹੁੰਦੇ ਠੀਕ ਇਸ ਟਾਈਮ ਕਿਹੜੀ ਇਸ ਨੂੰ ਖਾਦ ਦੀ ਜ਼ਰੂਰਤ ਹੈ ਨਾ ਇਸ ਟਾਈਮ ਇਹ ਕੁਝ ਖਾਦ ਦੀ ਜ਼ਰੂਰਤ ਹੈ ਪੁਟਾਜ ਦੀ ਸਾਡੇ ਦੋਸਤ ਕਿ ਕਰਦੇ ਉਹ ਇਸ ਟਾਈਮ ਆ ਕੇ ਗੋਬਦੋ ਤੇ ਆ ਕੇ ਨਾ ਕੇਨ ਗੁਆਰਾ ਸਾਡ ਵੈਸੇ ਨਾਈਟਰੋ ਫਾਸਟ ਵੈਸੇ ਯੂਰੀਆ ਤਾਰਾ ਯੂਰੀਆ ਸੋਨਾ ਯੂਰੀਆ ਕੋਈ ਅਸਾਂ ਉਹਨੂੰ ਕਾਨੇ ਚੁਨ ਆਪਕੇ ਗਵਾਦੇ ਸਿੱਟਾ ਨਾ ਬਣਾ ਕਣਕ ਨੂੰ ਆਦੇ ਤੂੰ ਸਿੱਟਾ ਨਾ ਬਣਾ ਤੂੰ ਕਦ ਕਰ ਕਿਉਂਕਿ ਯੂਰੀਆ ਖਾਦ ਰਿਆਂ ਦੇ ਪੈ ਨਾ ਤੂੰ ਉਸ ਕਾਦੀ ਕਰਨਾ ਹੈ ਇਸ ਟਾਈਮ ਇਹ ਆਦੀ ਮੈਂ ਸਿੱਟਾ ਬਣਾਉਣਾ ਤੂੰ ਸਾਂ ਮੈਨੂੰ ਆ ਦੇਵੇ ਤੂੰ ਕਦ ਕਰੋ ਜਿਵੇਂ ਅਸਾਂ ਖਾਦ ਛਟੇ ਨੇ ਕੈਨ ਗੁਆ ਰ ਉਸ ਨਾਲ ਕਦ ਤੱਕ ਰਹਿੰਦੀ ਇਤਨਾ ਸਾਰਾ ਮਜ਼ੀਦ ਵਧਾ ਵੀ ਰੰਗ ਉਹਦਾ ਪੱtre ਦਾ ਕਾਲਾ ਥੀ ਵੰਦੇ ਉਹ ਜਿਵੇਂ ਰੰਗ ਪੱtre ਦਾ ਕਾਲਾ ਥੀ ਅਸਾਂ ਦੇ ਆਈ ਸਾਰੀ ਕਣਕ ਬਹੁਤ ਜ਼ਬਰਦਸਤ ਕਿਸਮ ਦੀ ਥੀ ਦੇਖੋ ਖਾਦ ਮੇ ਸਟੀ ਯੂਰੀਆ ਤਾ ਉਸ ਨਾਲ ਕੇ ਕਰਦੇ ਕਦ ਵਧਦਾ ਜਣਾ ਉਹਨੇ ਨਰਮ ਥੀ ਇੱਕ ਕਣਕ ਢ ਦੂਜਾ ਉਸ ਦੇ ਵਿੱਚ ਇਹ ਕੜਾ ਸਿੱਟਾ ਦਾਣੇ ਭਣਾ ਦਾ ਅਮਲ ਭਣਦਾ ਪੀਉਂਦੇ ਇਸ ਟਾਈਮ ਇਹ ਜ਼ਾਇਆ ਥੀਵੇਂ ਦੋ ਕਾਦਲੇ ਪਾਸ ਲੱਗਵੰਦੀ ਹੈ ਤਾਂ ਇਹ ਸਾਡੀ ਭਣੀ ਬਣਾਈ ਐਵਰੇਜ ਸਾਡੀ ਬਣੀ ਵੰਦੀ ਹੈ ਇਸ ਟਾਈਮ 70 60 70 ਦਿਹਾੜੇ ਤੋਂ ਬਾਅਦ ਕਿਹੜੀ ਵੀ ਖਾਦ ਕਣਕ ਨੂੰ ਪਾਉਣੀ ਉਹ ਯੂਰੀਆ ਨਹੀਂ ਪਾਉਣਾ ਨਾਈਟਰੋਫਾਸ ਕੈਨ ਬੁਆਰਾ ਕੋਈ ਚੀਜ਼ ਨਹੀਂ ਪਾਉਣੀ ਤੁਸਾਂ ਪਾਉਣੀ ਐਸਓਪੀ ਇੰਪੋਰਟਡ ਐਸਓਪੀ ਕਹੇ ਵੀ ਕੰਪਨੀਆਂਾਂ ਗਿੰਸੰਗਦੇ ਵਿਕੜ ਵਿੱਚ 50% ਹੋਵੇ ਪੋਟਾਸ਼ ਹੋਵੇ ਐਸਓਪੀ ਆਖੋ ਚਾ ਔਰ ਨਾਲ 18% ਜਾਂ 20% ਕਿਤਨੇ ਪਰਸੈਂਟ ਵੀ ਹੁੰਦੀ ਨਾਲ ਸਲਫਰ ਵੀ ਹੁੰਦੀ ਅੱਛੀ ਤੁਸੀਂ ਐਸਓਪੀ ਇਸਤੇਮਾਲ ਕਰੋ ਔਰ ਜਿਵੇਂ ਤੁਸੀਂ ਐਸਓਪੀ ਇਸਤੇਮਾਲ ਕਰੇ ਸੋ ਇਸ ਦੀਆਂ ਕਿਹੜੀਆਂ ਘੁਰੀਆਂ ਬਣਦੀਆਂ ਪੈਂ ਦਾਣੇ ਦੇ ਅਮਲ ਕਿਹੜਾ ਵੀ ਦਾਣਾ ਬਣਦਾ ਪਈਏ ਇਹ ਦਾਣਾ ਉਸੇ ਨਾਲ ਬਣਨਾ ਹੈ ਇਹ ਦਾਣੇ ਦਾ ਅਮਲ ਉਸੇ ਬਣਾਉਣੇ ਜਿੰਨੀਆਂ ਉਹ ਘੁਰੀਆਂ ਤੁਸੀਂ ਐਸਓਪੀ ਪੈ ਸੋ ਉਤਨੀਆਂ ਘੁਰੀਆਂ ਵੱਧ ਸੈਂ ਤੁਹਾਡੀਆਂ ਖੁੱਲ ਸੈਂ ਜਿੰਨੀਆਂ ਘੁਰੀਆਂ ਖੁੱਲ ਗਈਆਂ ਉਤਨੇ ਵਿੱਚ ਦਾਣੇ ਤੁਹਾਡੇ ਲੱਗ ਗਏ ਔਰ ਜਿੰਨੇ ਦਾਣਾ ਹੈ ਤੁਹਾਡੇ ਲੱਗ ਗਏ ਜ਼ਹਿਰੀ ਗੱਲ ਉਤਨੇ ਤੁਹਾਡੇ ਮਤਲਬ ਐਵਰੇਜ ਵੱਧ ਗਈ ਔਰ इस टाइम अगर तुसा कोई भी बई खाद पे थोड़ी ये अमल दखल नहीं करेंगे और पोटाश है पोटाश आने वाले टाइम ही थोड़ा जिस टाइम सिटा ना इस सिटे दिया जी में सारियाँ खुलिया हो सन उन्होंने जबरदस्त किस्म का सिट्टा लग स और जड़ा सिटा लग सी ऊदिया उड़े दाने हो सजन वजन असल इस चीज़ भरना है दाने थोड़े कितने लग सन उन्होंने वजन क्या मैं पास एक यूरी की पली हुई कणक का आ, दाने गिण गीन गिनाए और उन्होंने तौल लगाए और ये पुटाश वाली कणक इस बेशक तुसा एक जात इस्तेमाल कितना पुटाश कराए ना उस दे दाने काट के दिखाए उन्होंने वजन चेक कराए ठीक है ये बिल्कुल बहुत जबरदस्त रिजल्ट होती और बड़ा वजन हो सर थोड़ी एवरेज ही थाऊ इस टाइम तो सिटे निवे बधा बाखाइन निवे कटा सकते लेकिन किने बन चुके एवरेज वधा सकते उन्होंने वजन वधा सद मैं दूजे अलफाजा जो सा यूरी का गटू है ना ਇਹ ਬਹੁਤ ਵੱਡਾ ਸਾਰਾ ਹੈ ਔਰ ਸਾਡਾ ਸੇਮਟ ਦਾ ਗੱਟੂ ਜਾਂ ਪੋਟਾਸ਼ ਦਾ ਗੱਟੂ ਇਤਨਾ ਸਾਰਾ ਹੈ 50 ਕਿਲੋ ਦਾ ਉਹੀ ਉਹੀ 50 ਕਿਲੋ ਦਾ ਤਾਂ ਸਾਡੀ ਕਿਹੜੀ ਕਣਕ ਭਰੀ ਚੈ ਨਾ ਯੂਰੀਆ ਦਾ ਗੱਟੂ ਕਿਹੜਾ ਫੁੱਲ ਭਰੀ ਚੈ ਤਾਂ 50 ਕਿਲੋ ਥੀਵੇ ਉਹ ਜੀ ਨਹੀਂ ਚਾਹੀਦੀ ਸਾਨੂੰ ਕਣਕ ਸਾਨੂੰ ਕਣਕ ਉਹ ਚਾਹੀਦੀ ਹੈ ਕਿਹੜਾ ਅੱਧਾ ਗੱਟੂ ਮੁੰਨਾ ਗੱਟੂ ਹੋਵੇ ਔਰ 50 ਕਿਲੋ ਥੀਵੇ ਉਹ ਵਜ਼ਨੀ ਕਣਕ ਉਹ ਉਸ ਨਾਲ ਬਣਦੀ ਹੈ ਉਹ ਪੋਟਾਸ਼ ਨਾਲ ਬਣਦੀ ਹੈ ਐਸਓਪੀ ਪਾਓ ਅੱਛੀ ਕੰਪਨੀ ਦੀ ਪਾਓ ਅਗਰ ਕਹੇ ਇਤਮਾਦ ਵਾਲੀ ਐਸਓਪੀ ਘिने ਤਾਂ ਹਮ ਕਦਮ ਕਰਾਬ ਸਾਇੰਸ ਦੀ ਮੈਂਸ਼ਨ ਕਰ ਦੇਣਾ ਇਹ ਐਸਓ और अगर कैसे दोस्त के कंपनी अच्छी कहड़ी लगती है उन्होंने एसओपी पाओ लाजमी पाओ पी किलो का बैग तो अठाई किलों तीन पा सकते ठीक है दस साढ़े बारह किलो किले दो पा सकते इनशाला केड़ी जहाँ पैसों थोड़ा को वाजे फर्क लगे कद कनक का थोड़ा नॉर्मल हो सी ज्यादा ना हो ठीक है लेकिन यह भाई उन्हें सिटा एडा सारा सिटा हो सी, कितना सिटा हो सू सारे सिटे दल्ला अलहमदुल्ला खुद देख सौ भाई सारे दाने फुल हो सरे और दा का वजह है ना और इनशाला खुद मैं खुद सहसो कॉमेडी एक दू महीने बाद बिल्कुल त्रै महीने बाद पता लग जिस टाइम छह सौ कणक तुसा ज्यादा नहीं तो कहते दाखा किले किले उन्हें दू किलों एप्लीकेशन एक बैग दो बैग गिनके कैं के कम अच्छी कंपनी का गिन के इस्तेमाल करो इनशाला वाजे रजल्ट पता लगती और पोटाश पाओ इस टाइम गंदम की कहड़ी इस टाइम गोब की खा दोटाश ही बेहतर इनशाला पोटाश पैसो थोड़ा वाजे फर्क लगती ठीक है जी कोई होर कै दोस्ता सवाल है तो मैं दस दियो ਔਰ ਵੀਡੀਓ ਦੇਖਣ ਦਾ ਬਹੁਤ ਜ਼ਿਆਦਾ ਸ਼ੁਕਰੀਆ ਅੱਲਾ ਹਾਫਿਜ਼